अज आप मित्रों चले हैं दरिया के उत्ते आप उत्थों रीता लिया के आना आ गया समुद्री लटेरे एक ही रास्ता आ ਉਹਦੇ ਵਿੱਚ ਦੀ ਟਰਾਲੀਆਂ ਆਉਂਦੀਆਂ ਆ ਤੇ ਉਹਦੇ ਵਿੱਚ ਦੀ ਜਾਂਦੀਆਂ ਆ ਟਰਾਲੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਆ ਦੇਖ ਲਓ ਵੀ ਕੀ ਹਾਲ ਬਣਿਆ ਪਹਿਲਾਂ ਇੱਥੇ ਲਾਉਣ ਲੱਗੇ ਨਹੀਂ ਜਵਾਬ ਦੇਤਾ ਕਹਿੰਦੇ ਜੀ ਹੱਥ ਤੋਂ ਨਹੀਂ ਭਰ ਹੋਣੀ ਐਡੀ ਟਰਾਲੀ ਹਾਂਜੀ ਮਿੱਤਰੋ ਵੈਲਕਮ ਹੈ ਜੀ ਸਾਰਿਆਂ ਦਾ ਨਿਊ ਵਲੌਗ ਦੇ ਵਿੱਚ ਉਮੀਦ ਕਰਦਾ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ ਐਨ ਵਧੀਆ ਤੇ ਆਪਾਂ ਠੀਕ ਠਾਕ ਆ ਤੇ ਅੱਜ ਆਪਾਂ ਮਿੱਤਰੋ ਚੱਲੇ ਆ ਦਰਿਆ ਦੇ ਉੱਤੇ ਤਾਂ ਆਪਾਂ ਉੱਥੋਂ ਰੀਤਾ ਲੈ ਕੇ ਆਉਣਾ ਆ ਤਾਂ ਸ਼ੇਰ ਬੱਗੇ ਆਪਣੇ ਲੱਗੇ ਆ ਕਾਰਨ ਟਰਾਲੀ ਤਿਆਰ ਪੱਲੜ ਪੱਲੜ ਲੱਗੇ ਆ ਐਵੇਂ ਜੱਸਿਆ ਸਤਿ ਸ਼੍ਰੀ ਅਕਾਲ ਕਰ ਦੋ ਹੈਲੋ ਕਰ ਦੋ ਸਾਰਿਆਂ ਤੇ ਪੱਲੜ ਲੱਗੇ ਆ ਆਪਾਂ ਇਹਨੂੰ ਟਰਾਲੀ ਨੂੰ ਲਾਉਣ ਤੇ ਹੈਗੀ ਤਾਂ ਉੱਦਾਂ ਟਰਾਲੀ ਵੱਡੀ ਆ ਚੱਲ ਆਪਾਂ ਦੇਖਦੇ ਹਾਂ ਜੇ ਉੱਥੇ ਲੀਆਂ ਐਨ ਵਧੀਆ ਹੋਈਆਂ ਤਾਂ ਫਿਰ ਆਪਾਂ ਇਹਦੀ ਐਨ ਫੁੱਲ ਟੀਸੀ ਕੱਢ ਕੇ ਲਿਆਵਾਂਗੇ 21 ਫੁੱਟੀ ਦੀ ਬਾਕੀ ਉੱਥੇ ਆ ਕੇ ਦੇਖਾਂਗੇ ਵੀ ਕਿੱਦਾਂ ਦਾ ਮਾਹੌਲ ਆ ਵੀ ਕਿੱਦਾਂ ਦੀਆਂ ਲੀਹਾਂ ਆ ਜ਼ਿਆਦਾ ਤਾਂ ਆਪਣਾ ਇਹੀ ਆ ਵੀ ਆਪਾਂ ਐਨ ਪੂਰੀ ਹੁਣ ਜਾਣਾ ਤਾਂ ਹੈਗਾ ਹੀ ਆ ਵੀ ਠੋਕ ਕੇ ਐਨ ਗੇੜਾ ਲੈ ਕੇ ਆਵਾਂਗੇ ਹੈ ਨਾ ਅਤੇ ਕੁਛ ਬਣ ਵੀ ਜਾਵੇ ਆਹੋ ਇਹ ਤਾਂ ਫਿਰ ਤਾਂ ਆਪਾਂ ਤਸੱਲੀ ਨਾਲ ਲਿਆਵਾਂਗੇ ਐਨ ਨਾਲੇ ਫਿਰ ਦੇਖਦੇ ਵੀ ਘੋੜਾ ਕੀ ਕਰਦਾ ਆਪਣਾ ਅਤੇ ਬਾਕੀ ਬਣੇ ਰਹੋ ਵੀਡੀਓ ਦੇ ਵਿੱਚ ਅਤੇ ਫਿਰ ਆਪਾਂ ਦਿਖਾਲਦੇ ਤੁਹਾਨੂੰ ਅੱਗੇ ਅਤੇ ਪੱਲੜ ਬੰਨ ਲਈ ਆਪਾਂ ਪਹਿਲਾਂ ਪੱਲੜ ਇਕੱਠੇ ਕਰ ਲੈਣੇ ਬੰਨ ਕੇ ਤਾਂ ਮੁੜ ਕੇ ਫਿਰ ਪਾਉਂਦੇ ਹਾਂ ਘੋੜਾ ਆਪਾਂ ਇਹਨੂੰ ਫਿਰ ਚੱਲਦੇ ਹਾਂ ਆਹ ਖੜਾ ਸਾਡਾ ਲੱਕੀ ਬਾਦਸ਼ਾਹ ਹਾਂ ਵੇ ਲੱਕੀ ਲੱਕੀ ਨੂੰ ਰੇਤਾ ਲਿਆ ਕੇ ਦੇਣਾ ਆ ਲੱਕੀ ਵਾਲ ਵਧਾਈਆਂ ਹੋਈਆਂ ਆ ਲੱਕੀ ਲੱਗਾ ਮਕਾਨ ਬਣਾਉਣ ਹੁਣ ਹੁਣ ਰੇਤੇ ਟਰਾਲੀ ਭਰ ਕੇ ਲਿਆ ਕੇ ਦੇਣੀ ਆ ਅੱਜ ਦੀ ਪਾਰਟੀ ਦੇ ਰਿਹਾ ਲਿਆ ਸਾਰੇ ਅਸੀਂ ਜਿੰਨੇ ਦਾ ਰੇਤਾ ਆਉਣਾ ਉਹਨਾਂ ਖਾ ਜਾਣਾ ਨਛੇੜਦੇ ਆ ਮਿੱਤਰ ਭਰਾ ਆ ਆਪਣਾ ਹਾਸਾ ਮਖੌਲ ਕਰ ਲਈਦਾ ਭਰਾ ਨਾ ਚਲੋ ਠੀਕ ਆ ਮਿੱਤਰੋ ਬਣੇ ਰਹੋ ਵਲੌਗ 'ਚ ਅੱਗੇ ਦਿਖਾਲਦੇ ਹਾਂ ਆਪਾਂ ਹੋਵੇ ਮਿੱਤਰੋ ਕਰੋ ਦਾ ਚੱਕ ਘੋੜਾ ਆਪਾਂ ਚਮਕਾ ਦਿੱਤਾ ਸੀ ਧਵਾ ਕੇ ਚਮਕਦਾ ਕਿ ਨਹੀਂ ਯਾਰ ਪੂਰਾ ਅਤੇ ਆਪਾਂ ਹੁਣ ਇਹਨੂੰ ਹੈ ਨਾ ਪਾ ਲਈਏ ਟਰਾਲੀ ਦੇ ਮਗਰ ਜੋੜ ਲਈਏ ਆਹ ਆਪਣੇ ਅੱਖਰ ਇਹ ਦੋ ਕੁ ਲੈ ਗਏ ਇੱਕ ਆਰ ਲੈ ਗਈ ਹੈ ਕਿੱਥੋਂ ਐਚ ਕਿਸੇ ਨੇ ਆਹ ਤਾਂ ਤੋੜੀ ਆ ਕਿਸੇ ਨੇ ਹੱਥ ਵਸਾ ਕੇ ਤਾਂ ਤੋੜਤਾ ਅੱਖਰ ਇਹ ਵੀ ਆਪਾਂ ਕਿਸੇ ਨਾਲ ਲਵਾ ਕੇ ਲਿਆਉਣੇ ਇਹਨੂੰ ਨਵੇਂ ਲੈਵੇ ਮਿੱਤਰੋ ਲੱਗੇ ਘੋੜਾ ਜੋੜਨ ਆਪਾਂ ਜੈਸੇ ਸਿੱਧਾ ਕਰਕੇ ਲਿਆਓ ਸਿੱਧਾ ਕਰ ਸਹੀ ਆ ਲਾ ਦੇ ਸਟੈਂਡ ਲਾ ਦੇ ਆਪਾਂ ਨਾ ਇਹਦੇ ਉੱਤੇ ਸਪੇਸਰ ਪਾ ਲੈਣਾ ਹੁਣ ਆਪਾਂ ਸਪੇਸਰ ਪਾ ਕੇ ਲਿਆਵਾਂਗੇ ਮਜਿੰਦਰਾ ਸਪੇਸਰ ਪਾ ਦੇਈ ਉਤਲੇ ਪਾਸੇ ਅੱਛਾ ਲੈ ਵੇ ਮਿੱਤਰੋ ਚਲੋ ਪਾ ਲਈਏ ਆਪਾਂ ਫਿਰ ਟਰਾਲੀ ਦਾ ਇੱਕ ਆਪਾਂ ਰਾਹ ਚੋਂ ਕਰਾਉਣੀ ਆ ਟਾਇਰਾਂ ਦੀ ਹਵਾ ਚੈੱਕ ਇੱਕ ਵਾਰੀ ਟਾਇਰਾਂ ਦੀ ਹਵਾ ਚੈੱਕ ਕਰਾ ਲਵਾਂਗੇ ਆਪਾਂ ਟਰੈਕਟਰ ਦੇ ਵੀ ਮਗਲੇ ਟਾਇਰਾਂ ਦੀ ਹਵਾ ਚੈੱਕ ਕਰਾਉਣੀ ਆ ਹਾਂਜੀ ਮਿੱਤਰੋ ਹਵਾ ਕਰਾ ਲਈਏ ਆਪਾਂ ਚੈੱਕ ਪਹਿਲਾਂ ਟਾਇਰਾਂ ਦੇ ਵਿੱਚ ਉਹੀ 135-140 ਇੰਨੀ ਹੋਊਗੀ 140-140 ਕਰਦੇ ਇੰਨੀ ਹੋ ਜਾਣੀ ਆ ਯਾਰ ਹਾਂ ਵੀ ਕਿੰਨੀ ਕੁ ਗਰਮੀ ਆ ਤਸੱਲੀ ਕਰਾਉਂਦੀ ਹੈ ਨਾ ਉਹ ਤੱਤੀ ਹਵਾ ਆਪਾਂ ਟੱਕਰਿਆ ਟੱਕਰਿਆ ਇੱਥੇ ਆਪਾਂ ਨੂੰ ਆ ਕੇ ਬਲ ਗੋਲ ਕਾਦਾ ਦੂਰਿਆ ਮਿੱਤਰੋ ਅੱਜ ਸਾਨੂੰ ਲੱਕੀ ਨੀ ਲੱਭਦਾ ਲੱਕੀ ਸਾਡਾ ਗਵਾ ਜਾਂਦਾ ਕਦੇ ਪਿੱਛੇ ਰਹਿ ਜਾਂਦਾ ਕਦੇ ਜ਼ਿਆਦਾ ਹੀ ਗਾਹ ਚੱਲ ਜਾਂਦਾ ਦਾ ਦੇਣਾ ਜੇ ਏਸੀ ਵਾਲਾ ਕੈਬਨ ਹੋਣਾ ਚਾਹੀਦਾ ਹੋ 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 ਹਨਾ ਕਰਦੇ ਆ ਇਹਦੇ ਬੱਸ ਦਾ ਬਲਾਕ ਲੈ ਲੈਂਦੇ ਆ ਉਹਨੂੰ ਜੰਮੀ ਵਾ ਕੇ ਬਹਿ ਜਾ ਬਹੁਤ ਗਰਮੀ ਬਹੁਤ ਗਰਮੀ ਤੇ ਠੰਡੀ ਹੁੰਦੀ ਆ
टीसी निकलू टीसी अज अब ट्राली च हो गई मित्रों हवा पूरी ट्रैक्टर च करा लिए चेक ते अपना भरा जग्गू तलवण तो आ गया गुगी भाजी को आपा भाजी कहना चाह पी के जानी है ते जानी बस लैन जावे जी सीधी एक नाले यार छुकल हो गया उ माड़ी ट्राली लगी ट्रैक्टर स्टार्ट हो गया मोरला आओ मिस करता ही माड़ी जी ट्राली नाल लगी नाले ट्रैक्टर स्टार्ट हो गया वे जे कि तेज होंगे वे नहीं रुकना जो जानी कि पा पा के कढ़ दे ट्रैक्टर बारह तेरह फुटी ट्राली चौदह होनी
ਅਭੀ ਲੰਦੇ ਹੋਣੇ 2-300 ਰੁਪਏ ਲੰਦੇ ਹੋਣੇ ਲੈਣੇ ਹੀ ਆ ਔਰ ਫ੍ਰੀ ਥੋੜਨਾ ਕੱਢੇ ਟਰਾਲੀ ਨਾਲ 200 ਦਾ ਪੱਕਾ ਹੋਣਾ ਇੰਨਾ ਕੁ ਦਾ ਹੋਣਾ ਇੰਨਾ ਕੁ ਤਾਂ ਉਹ ਲੈ ਕੇ ਵੀ ਪਿੱਛੋਂ ਉਹ ਤਾਂ ਚੜਾ ਕੇ ਹੋਣੀ ਆ ਉਹ ਯਾਹ ਹੁਣ ਆਲਾ ਦੁਆਲਾ ਦੇਖਦਾ ਬੈਠਾ ਉੱਤੇ ਤੁਹਾਨੂੰ ਪਤਾ ਹੀ ਹੈ ਗਰਾਰੀ ਅੜ ਗਈ ਤਾਂ ਅੜ ਗਈ ਕਹਿਣ ਏਦਾਂ ਕਿੱਦਾਂ ਜਾਊ ਯੂਗ ਦਾ ਪੁਰਾਣਾ ਹੀ ਪਰ ਫੇਰ ਵੀ ਉਦਾਂ ਧਾਨ ਆ ਦੇ ਅੱਧ ਤੱਕ ਲਿਆ ਆ ਬਾਕੀ ਪਿੱਛੇ ਹੀ ਪਾ ਲੈਂਦੇ ਚੱਲ ਬਈ ਭਾਜੀ ਹੁਣ ਵੀ ਆਉਂਦੇ ਆ ਕੋਈ ਟੱਕ ਦੇਖ ਕੇ ਦੇਖਣਾ ਗਿਆ ਹੁਣ ਟਰਾਲੀ ਇੱਡੀ ਲਾਉਣੀ ਵੀ ਕਿੱਥੇ ਆ ਸੰਗਤ ਨਿਕਲ ਗਿਆ ਵੇ ਮਿੱਤਰੋ ਆਪਾਂ ਇਹਨਾਂ ਦਾ ਪ੍ਰਦਰਸ਼ਨ ਤਾਂ ਦੇਖੀ ਜਾਂਦੇ ਸਾਡੇ ਵਾਲੀ ਦਾ ਕੀ ਬਣਨਾ ਹੈ ਨਾ ਉਹ ਖੜਾ ਝੂਟਾ ਆਪਣਾ ਸਾਰੇ ਆਪਣੀ ਟਰਾਲੀ ਹਾਲੇ ਡਬਲ ਧੁਰਾ ਲੈ ਕੇ ਉਹਨੂੰ ਫਿਰਦੇ ਮਿੱਤਰੋ ਗਰਮੀ ਬਹੁਤ ਆ ਪਰ ਇਹ ਚੱਲਦਾ ਇੰਜਣ ਨਹਾਉਣ ਚੱਲੇ ਹਾਂ ਉੱਧਰ ਥੋੜ੍ਹਾ ਜਿਹਾ ਮੂੰਹ ਹੱਥ ਧੋ ਲਈਏ ਜਾਂ ਨਹਾ ਲਈਏ ਬਹੁਤ ਗਰਮੀ ਆ ਲਵੀ ਕਿੰਨੀ ਕੁ ਗਰਮੀ ਆ ਹੋਵੇ ਬਹੁਤ ਮਿੱਤਰੋ ਪਤਾ ਕੀ ਆ ਨਵਾਂ ਟੱਕ ਸਟਾਰਟ ਹੋਇਆ ਇਹ ਅਤੇ ਇੱਕੋ ਹੀ ਰਸਤਾ ਆ ਉਹਦੇ ਵਿੱਚ ਦੀ ਟਰਾਲੀਆਂ ਆਉਂਦੀਆਂ ਆ ਅਤੇ ਉਹਦੇ ਵਿੱਚ ਦੀ ਜਾਂਦੀਆਂ ਆ ਟਰਾਲੀਆਂ ਅਤੇ ਹੈਗੀਆਂ ਟੱਕ ਦੇ ਵਿੱਚ ਟਰਾਲੀਆਂ ਹੈਗੀਆਂ 12 ਫੁੱਟੀਆਂ 13 ਫੁੱਟੀਆਂ ਹੱਦ 14 ਫੁੱਟੀਆਂ ਆ ਅਤੇ ਆਪਣੀ ਟਰਾਲੀ ਵੀ ਵੱਡੀ ਆ ਅਤੇ ਸਹੀ ਤਾਂ ਉਹਦਾ ਟੱਕ ਦੇ ਵਿੱਚ 13-14 ਫੁੱਟੀ ਟਰਾਲੀ ਕਾਮਯਾਬ ਆ ਅਤੇ ਬਾਕੀ ਦੇਖਦੇ ਹਾਂ ਹਲੇ ਹੁਣ ਟਾਈਮ ਲੱਗੂਗਾ ਹਲੇ ਘੱਟੋ ਘੱਟ 1.5-2 ਘੰਟਿਆਂ ਤੱਕ ਜਾ ਕੇ ਕਿਤੇ ਵਾਰੀ ਆਪਣੀ ਆਊਗੀ ਜਦ ਤੱਕ ਮੈਂ ਕਿਹਾ ਮਾੜਾ ਮੋਟਾ ਨਹਾ ਨੂੰ ਲਈਏ ਠੰਡੇ ਠੰਡੇ ਹੋ ਲਈਏ ਯਾਰ ਬਹੁਤ ਗਰਮੀ ਆ ਬੁਰਾ ਹਾਲ ਹੋਇਆ ਪਿਆ ਲੈ ਆਵੇ ਮਿੱਤਰੋ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਇੱਦਾਂ ਕਿੱਧਰ ਹੁੰਦਾ ਸੀਗਾ ਮੇਰੇ ਨਾਨਕੇ ਵੱਲ ਫਿਰੋਜ਼ਪੁਰ ਵੱਲ ਆਹ ਕੰਮ ਹੁੰਦਾ ਇੱਦਾਂ ਤੋਂ ਇੱਦਾਂ ਪਾਣੀ ਹੁੰਦਾ ਜੀ ਇੱਦਾਂ ਚੜ੍ਹੇ ਛੋਟੇ ਛੋਟੇ ਆ ਆਹੋ ਪਾਣੀ ਉੱਤੇ ਹੀ ਆ ਇੱਥੇ ਉੱਪਰ ਹੀ ਚੱਲਦਾ ਉਹ ਨਾਰਾ ਲਾਉਣਾ ਤਾਂ ਲੈ ਵੇ ਮਿੱਤਰੋ ਨੀ ਨਜ਼ਾਰਾ ਆ ਗਿਆ ਬਈ ਇੱਦਾਂ ਨਾ ਜਿੰਨੀ ਗਰਮੀ ਆ ਦਰਾਸਰ ਸਕੇ ਆ ਕਰਕੇ ਇਹਨਾਂ ਕਰਕੇ ਬੰਦੇ ਬਚੇ ਬੁਝੇ ਆ ਪੁੱਠੇ ਹੋ ਕੇ ਡਿੱਗਦੇ ਗਰਮੀ ਦੇ ਨਾਲ ਨਾਲਾ ਓਏ ਨਾਲਾ ਮਿੱਤਰੋ ਆਹ ਦੇਖ ਲਓ ਕੀ ਹਾਲ ਬਣਿਆ ਆਹ ਖੜਾ ਆਪਣੇ ਵਾਲਾ ਘੋੜਾ ਇੱਥੇ ਤੱਕ ਪਹੁੰਚ ਗਏ ਆ ਬਾਕੀ ਹੁਣ ਦੇਖਦੇ ਹਾਂ ਵਾਰੀ ਆਉਂਦੀ ਆ ਬੰਦੇ ਲੱਗੇ ਆ ਆਪਣੇ ਸਾਰੇ ਆ ਜਾਊਗੀ ਘੰਟੇ ਕਿੰਨੇ ਵਾਰੀ ਆ ਜਾਊ ਟਰਾਲੀ ਦੀ ਟਰਾਲੀ ਕਿਹੜੀ ਆ ਡੱਗ ਹਲੇ ਸਾੜੇ ਹੋਇਆ ਬੇਟਾ ਜਿਹਾ
ਆਵੇ ਮਿੱਤਰੋ ਜਗ੍ਹਾ ਬਹੁਤ ਸਾਵੀ ਸਾਵੀ ਆ ਬਹੁਤ ਔਖਾ ਹਾਲ ਹੋਇਆ ਪਿਆ ਇੱਥੇ ਲੱਗਣੀ ਆ ਆਪਣੇ ਵਾਲੀ ਆਹ ਟੱਕ ਦੇ ਵਿੱਚ ਉਹ ਸੋਨਾ ਲੀਕਾ ਨਿਕਲਣ ਲੱਗਾ ਆ ਉੱਥੇ ਲੱਗਣੀ ਆ ਅਤੇ ਦੇਖਦੇ ਹਾਂ ਕਿੱਦਾਂ ਹੁੰਦੀ ਆ ਕੀ ਬਣਦਾ ਜੁੜਦਾ ਹਾਂ ਬਈ ਜੱਸਿਆ ਲੱਗ ਗਈ ਭੁੱਖ ਜੰਗਲ ਚ ਮੰਗਲ ਲਗਾ ਵੇ ਕੁਲਚੇ ਹੁਣ ਖਾਂਦੇ ਆ ਭੁੱਖ ਬਹੁਤ ਲੱਗੀ ਆ ਇਹ ਸਪੋਂਸਰ ਕਰ ਰਿਹਾ ਆ ਅੱਜ ਆਪਣਾ ਲੱਕੀ ਵੀਰ ਆ ਸਾਡਾ ਸਪੋਂਸਰ ਅੱਜ ਮਾਲਕ ਆ ਜੀ ਸਪੋਂਸਰ ਮੇਰਾ ਵੀਰ ਐਨ ਬਣਾ ਦੇ ਵਧੀਆ ਜਿਹਾ ਰੱਖ ਕੇ ਐਨ ਗਰਮ ਕਰਕੇ ਐ ਦੱਸ ਕੀ ਖਾਣਾ ਉਹੀ ਖਾ ਲੈਂਦੇ ਆ ਮਿੱਤਰੋ ਭੁੱਖ ਬਹੁਤ ਲੱਗੀ ਆ ਯਾਰ ਮਸੀ ਕਿਤੇ ਜਾ ਕੇ ਕੰਮ ਸੈੱਟ ਆਇਆ ਲਓ ਵੀ ਮਿੱਤਰੋ ਆ ਪਾਣੀ ਵਾਲੀ ਟਰਾਲੀ ਹੁਣ ਲੱਗਣ ਲੱਗੀ ਆ ਵੀ ਇੱਥੇ ਆ ਮੈਸੀ ਕੱਢ ਕੇ ਪਹਿਲਾਂ ਇੱਥੇ ਲਾਉਣ ਲੱਗੇ ਨਹੀਂ ਜਵਾਬ ਦਿੱਤਾ ਕਹਿੰਦੇ ਜੀ ਸਾਥ ਤੋਂ ਨਹੀਂ ਭਰ ਹੋਣੀ ਐਡੀ ਟਰਾਲੀ ਇਹਨੇ ਜਵਾਬ ਦਿੱਤਾ ਆਹ ਬੰਦੇ ਮੰਨੇ ਹੁਣ ਆਹ ਮੈਸੀ ਕੱਢ ਕੇ ਇੱਥੇ ਭਰਨ ਲੱਗੇ ਹਾਂ ਆਹ ਘੋੜਾ ਆਪਣਾ ਅਤੇ ਮੈਸੀ ਨਿਕਲਣ ਲੱਗਾ ਹੁਣ ਬਲੌਗ ਬਣਾਉਂਦੇ ਅਸੀਂ ਤਾਂ ਬਲੌਗ ਯੂਟਿਊਬ ਵਾਸਤੇ ਹਾਲ ਹੈ ਭਾਜੀ ਲੱਗਾ ਜੀ ਕਿੱਦਾਂ ਦਰਸ਼ਕੋ ਠੀਕ ਆ ਕਿੰਨੇ ਵਜੇ ਕਹਿੰਦੇ ਜੀ 3 ਵਜੇ ਆਪਾਂ ਵਿਹਲੇ ਹੋ ਕੇ ਕੱਢ ਲੈਣੀ ਟਰਾਲੀ ਉਹ ਬੈਕ ਕਰਾ ਦੇ ਉਹਨਾਂ ਬੈਕ ਕਰਾ ਦੇ